ਰਜਨੀਕਾਂਤ ਦੇ ਪ੍ਰਸ਼ੰਸਕਾਂ ਵੱਲੋਂ ਵੱਡ ਆਕਾਰੀ ਕੇਕ ਕੱਟਿਆ ਗਿਆ। ਦੱਖਣੀ ਫਿਲਮਾਂ ਦੇ ਸੁਪਰਸਟਾਰ ਰਜਨੀਕਾਂਤ ਦੀ ਫਿਲਮ ਕਾਲਾ ਅੱਜ ਰਿਲੀਜ਼ ਹੋ ਗਈ ਹੈ। ਰਜਨੀਕਾਂਤ ਦੇ ਪ੍ਰਸ਼ੰਸਕ ਅਤ ਉਤਸ਼ਾਹਿਤ ਹਨ, ਲੰਬੀਆਂ ਕਤਾਰਾਂ ਬਣਾ ਕੇ ਥੀਏਟਰਾਂ ਵਿੱਚ ਫਿਲਮ ਦੇਖਣ ਲਈ ਜਾ ਰਹੇ ਹਨ, ਪਟਾਕੇ ਚਲਾ ਰਹੇ ਹਨ, ਨੱਚ ਰਹੇ ਹਨ। ਇਸ ਤੋਂ ਇਲਾਵਾ ਪ੍ਰਸ਼ੰਸਕਾਂ ਵੱਲੋਂ ਰਜਨੀਕਾਂਤ ਦੇ ਪੋਸਟਰਾਂ ਉੱਤੇ ਦੁੱਧ ਵੀ ਚੜ੍ਹਾਇਆ ਜਾ ਰਿਹਾ ਹੈ। ਉੱਥੇ ਹੀ ਰਜਨੀਕਾਂਤ ਦੇ ਪ੍ਰਸ਼ੰਸਕਾਂ ਵੱਲੋਂ ਇੱਕ ਵੱਡ ਆਕਾਰੀ ਕੇਕ ਵੀ ਕੱਟਿਆ ਗਿਆ।